ਯੂਐਸ ਕਾਂਗਰਸਮੈਨ ਟੀਜੇ ਕਾਕਸ ਨੇ ਇੱਕ ਅਜਿਹਾ ਰੈਜ਼ੋਲੂਸ਼ਨ ਪੇਸ਼ ਕੀਤਾ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਮਹੱਤਤਾ ਅਤੇ ਯੂਐਸ ਸੋਸਾਇਟੀ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਬਿਆਨ ਕਰਦਾ ਹੈ। ਇਸ ਸੰਬੰਧੀ ਸਿੱਖ ਕੋਐਲੀਸ਼ਨ ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਐਸ ਕਾਂਗਰਸਮੈਨ ਟੀਜੇ ਕਾਕਸ, ਜੋ ਕਿ ਅਮੈਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਵਾਈਸ ਚੇਅਰਮੈਨ ਹਨ, ਨੇ ਅੱਜ ਸਵੇਰੇ ਇੱਕ ਰੈਜ਼ੋਲਿਊਸ਼ਨ ਪੇਸ਼ ਕੀਤਾ ਹੈ ਜੋ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਅਤੇ ਅਮਰੀਕੀ ਸੋਸਾਇਟੀ ਵਿੱਚ ਸਿੱਖਾਂ ਦੇ 125 ਸਾਲਾਂ ਦੇ ਯੋਗਦਾਨ ਦੀ ਮਹੱਤਤਾ ਨੂੰ ਪਛਾਣਦਾ ਹੈ। ਅਮਰੀਕਾ ਵਿੱਚ ਸਿੱਖਾਂ ਦੇ ਸਿਵਲ ਹੱਕਾਂ ਲਈ ਲੜਨ ਵਾਲੀ ਸਭ ਤੋਂ ਵੱਡੀ ਸੰਸਥਾ ਸਿੱਖ ਕੋਲੀਸ਼ਨ ਨੇ ਇਸ ਰੈਜ਼ੋਲਿਊਸ਼ਨ ਨੂੰ ਸਪੋਰਟ ਕੀਤਾ ਹੈ ਅਤੇ ਕਾਂਗਰਸਮੈਨ ਕਾਕਸ ਦੀ ਅਗਵਾਈ ਦਾ ਧੰਨਵਾਦ ਕੀਤਾ ਹੈ। ਕਾਂਗਰਸਮੈਨ ਕਾਕਸ ਨੇ ਕਿਹਾ ਹੈ, ਆਈ ਐਮ ਪ੍ਰਾਊਡ ਟੂ ਰੈਕਗਨਾਈਜ਼ ਅਮੈਰੀਕਨ ਸਿੱਖਸ ਬਾਈ ਇੰਟਰੋਡਿਊਸਿੰਗ ਦਿਸ ਰੈਜ਼ੋਲਿਊਸ਼ਨ। My district in California is home to approximately 25,000 Sikhs and 7 Gurdwaras. Because diversity is a core strength of our country, we must respect the contributions and traditions of Americans of all faith backgrounds. I look forward to continuing to work with the Sikh community in my district. Sikh Coalition Senior Manager of Advocacy and Policy Simjay Singh added, "Resolutions like this are a key part of the Sikh Coalition's ongoing efforts to engage our elected officials. Raising awareness of the contributions of Sikh Americans as well as the cultural and historical significance of our religion is a critical component in the larger fight to ensure our civil rights are protected and respected." ਇਸ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਦੇ ਨਾਲ ਨਾਲ ਸਿੱਖ ਕੋਲੀਸ਼ਨ ਅਮਰੀਕਾ ਦੇ ਗੁਰਦੁਆਰਿਆਂ ਨਾਲ ਰਲ ਕੇ ਗੁਰੂ ਨਾਨਕ ਜੀ ਦੇ 550 ਸਾਲਾ ਗੁਰਪੁਰਬ ਨੂੰ ਮਨਾ ਰਹੀ ਹੈ। ਇਸ ਲਈ ਅਸੀਂ ਗੁਰਦੁਆਰਿਆਂ ਵਿੱਚ ਓਪਨ ਹਾਊਸ ਰੱਖ ਰਹੇ ਹਾਂ ਜਿੱਥੇ ਕਿ ਲੋਕਲ ਪੋਲੀਟੀਸ਼ੀਅਨਸ, ਪੁਲਿਸ ਡਿਪਾਰਟਮੈਂਟ ਅਤੇ ਹੋਰ ਕਮਿਊਨਿਟੀ ਦੇ ਮੈਂਬਰਾਂ ਨੂੰ ਸੱਦੇ ਦਿੱਤੇ ਜਾਣਗੇ ਅਤੇ ਨਾਲ ਹੀ ਸੇਵਾ ਪ੍ਰੋਜੈਕਟ ਨੂੰ ਪਲਾਨ ਕਰਨ ਵਿੱਚ ਵੀ ਮਦਦ ਕੀਤੀ ਜਾਵੇਗੀ। ਕਾਫੀ ਗੁਰਦੁਆਰੇ ਇਸ ਪ੍ਰੋਗਰਾਮ ਨਾਲ ਜੁੜ ਚੁੱਕੇ ਹਨ। ਇਹਨਾਂ ਕੋਸ਼ਿਸ਼ਾਂ ਕਰਕੇ ਅਮਰੀਕਾ ਦੇ ਲੋਕਾਂ ਨੂੰ ਸਿੱਖੀ ਬਾਰੇ ਹੋਰ ਜਾਣਨ ਨੂੰ ਮਿਲੇਗਾ। 2019 ਦੌਰਾਨ ਅਮਰੀਕਾ ਦੇ ਵਿੱਚ ਲੋਕਾਂ ਨੂੰ ਸਿੱਖੀ ਬਾਰੇ ਹੋਰ ਜਾਣੂ ਕਰਵਾਉਣ ਲਈ ਰੈਜ਼ੋਲਿਊਸ਼ਨ ਅਤੇ ਪ੍ਰੋਕਲਮੇਸ਼ਨ ਪਾਸ ਕਰਵਾਉਣ ਲਈ ਸਿੱਖ ਕੋਲੀਸ਼ਨ ਕਮਿਊਨਿਟੀ ਮੈਂਬਰਾਂ, ਲੈਜਿਸਲੇਟਰਾਂ ਅਤੇ ਹੋਰਾਂ ਨਾਲ ਕੰਮ ਕਰਦੀ ਰਹੀ ਹੈ। ਇਹਨਾਂ ਕੋਸ਼ਿਸ਼ਾਂ ਦੇ ਸਦਕਾ 5 ਸਟੇਟ ਕੋਲੋਰਾਡੋ, ਯੂਟਾ, ਕਨੈਟੀਕਟ, ਵਾਸ਼ਿੰਗਟਨ ਅਤੇ ਵਿਸਕੌਨਸਿਨ ਵਿੱਚ ਪਹਿਲੀ ਵਾਰ ਪੂਰੀ ਸਟੇਟ ਦੇ ਵਿੱਚ ਰੈਜ਼ੋਲਿਊਸ਼ਨ ਪਾਸ ਕੀਤੇ ਗਏ ਅਤੇ ਨਾਲ ਹੀ 8 ਸਟੇਟ ਹੋਰ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਕੰਮ ਕੀਤੇ ਗਏ। ਇਹ ਯਤਨ ਸਿੱਖ ਕੋਲੀਸ਼ਨ ਦੇ ਕੀਤੇ ਜਾ ਰਹੇ ਉਦਮਾਂ ਦਾ ਇੱਕ ਬਹੁਤ ਜ਼ਰੂਰੀ ਹਿੱਸਾ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਅਮਰੀਕਨ ਸੋਸਾਇਟੀ ਦੇ ਵਿੱਚ ਸਿੱਖਾਂ ਦੇ ਕੀਮਤੀ ਯੋਗਦਾਨ ਬਾਰੇ ਸਰਕਾਰ ਅਤੇ ਜਨਤਾ ਨੂੰ ਜਾਣੂ ਕਰਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।